ਅੱਜ ਤਕਰੀਬਨ 4 ਦਿਨ ਤੋਂ ਅਜ਼ੀਜ਼ ਭੱਟੀ ਹਸਪੀਟਲ ਦੇ ਵਿੱਚ ਨਾ ਆਪਣੀ ਵਾਈਫ ਦਾ ਆਪਰੇਸ਼ਨ ਕਰਵਾਉਣ ਵਾਸਤੇ ਅਸੀਂ ਬਹੁਤ ਖੱਜਲ ਖੁਆਰ ਹੋ ਰਹੇ ਸਾਂ, ਤੇ ਜੇ 4 ਦਿਨ ਬਾਅਦ ਐਡਮਿਟ ਹੋਏ ਆ, ਦਾਖਲ ਹੋਏ ਆ, ਤੇ ਬਹੁਤ ਜ਼ਲੀਲ ਖੁਆਰ ਹੋਣ ਤੋਂ ਬਾਅਦ ਦਾਖਲ ਹੋਏ ਆ, ਤੇ ਅਸੀਂ ਉਹ ਦੌੜ ਭੱਜ ਵਿੱਚ ਰਹੇ ਆ। ਇੰਨੀ ਕੁ ਦੌੜ ਹੋਈ ਹੈ ਕਿ ਉਹ ਇੱਕ ਉਹਦੇ ਦਰਮਿਆਨ ਵਿੱਚ ਸਾਡੇ ਨਾਲ ਇੱਕ ਹੋਰ ਔਰਤ ਸ਼ਾਮਿਲ ਹੋ ਗਈ। ਸਾਨੂੰ ਉਹਨੇ ਵਰਗਲਾਇਆ, ਕਹਿੰਦੀ ਕਿ ਮੈਂ ਮੇਰੇ ਵੀ ਇੱਥੇ ਦਾਖਲ ਨੇ ਪੇਰੈਂਟਸ, ਤੇ ਤੁਹਾਡੀ ਮੈਂ ਹੈਲਪ ਕਰ ਦੇਣੀ ਆ। ਸਿਸਟਰ ਮੇਰੇ ਉਹਦੀਆਂ ਗੱਲਾਂ ਚ ਆ ਗਏ। ਜ਼ਾਹਰੀ ਗੱਲ ਹੈ, ਕੋਈ ਵੀ ਨਾਲ ਹੁੰਦਾ ਤੇ ਉਹਨੇ ਨਾਲ ਹੈਲਪ ਦੀ ਜ਼ਰੂਰਤ ਹੁੰਦੀ ਹੈ, ਤੇ ਉਹਨੇ ਹੈਲਪ ਦੇ ਤੌਰ ਤੇ ਉਹਨੂੰ ਨਾਲ ਹੀ ਲਿਆ। ਰਾਤ ਨੂੰ ਜਿਸ ਟਾਈਮ ਆਪਰੇਸ਼ਨ ਹੋਇਆ, ਆਪਰੇਸ਼ਨ ਤੋਂ ਬਾਅਦ ਆਪਰੇਸ਼ਨ ਥੀਏਟਰ ਤੱਕ ਵੀ ਉਹ ਨਾਲ ਗਈ ਔਰਤ। ਉਸ ਤੋਂ ਬਾਅਦ ਉਹ ਸਾਡੇ ਨਾਲ ਵਾਪਸ ਆਈ ਹੈ, ਉਹਨੂੰ ਗੱਲਾਂ ਚ ਲਾਇਆ ਵੇ। ਜਿਸ ਟਾਈਮ ਸਰਗੀ ਵੇਲੇ ਨਾਲ ਨਾ ਤੁਹਾਨੂੰ ਮੈਂ ਕਹਿ ਰਿਹਾ, ਮੇਨ ਮਕਸਦ ਹੈ ਕਿ 4 ਦਿਨ ਅਗਰ ਹਸਪੀਟਲ ਦੇ ਵਿੱਚ ਖੱਜਲ ਹੋਵੇਗਾ, ਇੱਕ ਬੰਦਾ ਸਾਧੇ ਅਸੀਂ ਤੇ ਪੈਸੇ ਵਾਲਾ ਵੇ, ਉਹਨੇ ਦੀ ਜਾ ਕੇ ਪ੍ਰਾਈਵੇਟ, ਉੱਥੇ ਸਿਕਿਉਰਿਟੀ ਵੀ ਅੱਛੇ ਮਿਲੇਗੀ, ਉੱਥੇ ਸਾਰੀਆਂ ਸਹੂਲਤਾਂ ਮਿਲੇਗੀਆਂ, ਫਾਰਮੈਲਿਟੀ ਮਿਲੇਗੀ ਅੱਛੀ, ਉੱਥੇ ਕੋਈ ਯਾਨੀ ਬੱਚਾ ਚੁੱਕ ਕੇ ਪ੍ਰਾਈਵੇਟ ਚ ਨਹੀਂ ਲੈ ਕੇ ਜਾਏਗਾ। ਗਵਰਨਮੈਂਟਾਂ ਵਿੱਚ ਹੀ ਇਹ ਸੂਰਤ ਹਾਲ ਹੋ ਰਹੀ ਹੈ, ਗਵਰਨਮੈਂਟ ਹਸਪੀਟਲ ਦੇ ਵਿੱਚ ਹੀ ਬੱਚੇ ਚੋਰੀ ਹੋ ਰਹੇ ਨੇ, ਗਰੀਬਾਂ ਬੰਦਿਆਂ ਦੇ ਬੱਚੇ ਚੋਰੀ ਹੁੰਦੇ ਨੇ, ਜਿਹਦੇ ਕੋਲ ਪੈਸਾ ਉੱਥੇ ਇਹਨੂੰ ਅਫੋਰਡ ਕਰ ਲੇਗਾ। ਦੱਸਿਆ ਮੇਰੀ ਜਿਹੜੀ ਉੱਥੇ ਸਿਸਟਰ ਹੈ ਨਾਜ਼ੀਆ ਵੇ, ਉਹ ਦਾਖਲ ਹੈ, ਤੇ ਉਹ ਨਾਜ਼ੀਆ ਦਾ ਨਾਂ ਦੱਸਿਆ ਸੀ, ਲੇਕਿਨ ਉਹ ਨਾਜ਼ੀਆ ਦੇ ਨਾਂ ਦਾ ਉਹਨਾਂ ਨੇ ਅੰਦਰ ਪਤਾ ਨਹੀਂ ਕੀਤਾ, ਤੇ ਪਤਾ ਨਾ ਕਰਨੇ ਦੀ ਵਜ੍ਹਾ ਤੋਂ ਉਹਨੇ ਇਤਮਾਦ ਕਰ ਲਿਆ। ਤੇ ਸਰ ਮੇਰੀ ਦਰਖਾਸਤ ਹੈ ਕਿ ਸਿਰਫ ਪ੍ਰਾਈਵੇਟ ਪੈਸੇ ਦੇਣੇ ਤੋਂ ਬਾਅਦ ਹੀ ਸਿਕਿਉਰਿਟੀ ਹਾਈ ਹੁੰਦੀ ਹੈ, ਗਵਰਨਮੈਂਟ ਇੱਕ ਗਰੀਬ ਬੰਦਾ ਗਵਰਨਮੈਂਟ ਦੇ ਵਿੱਚ ਆਉਂਦਾ ਕਿ ਸਾਡਾ ਥੋੜਾ ਇਲਾਜ ਹੋ ਜਾਏ, ਸਾਨੂੰ ਸਹੂਲਤਾਂ ਮਿਲਣ। ਜੇਕਰ ਬੱਚੇ ਚੋਰੀ ਹੋਣੇ ਨੇ ਤੇ ਬੰਦਾ ਫਿਰ ਸਾਨੂੰ ਪਾਕਿਸਤਾਨ ਕੀ ਸਹੂਲਤ ਦੇ ਰਿਹਾ ਵੇ, ਸਾਨੂੰ ਪਾਕਿਸਤਾਨ ਦੀ ਗਵਰਨਮੈਂਟ ਕੀ ਸਹੂਲਤ ਦੇ ਰਹੀ ਕਿ ਗਰੀਬ ਬੰਦੇ ਕੋਲ ਵੀ ਇੰਨੇ ਪੈਸੇ ਹੋਣ ਕੇ ਪ੍ਰਾਈਵੇਟ ਜਾ ਕੇ ਇਲਾਜ ਕਰਾਏ, ਜਾਂ ਫਿਰ ਆਪਣੇ ਬੱਚੇ ਚੁਕਵਾ ਦੇ, ਜਾਂ ਫਿਰ ਆਪਣੇ ਬੱਚੇ ਕਤਲ ਕਰਵਾ ਦੇਵੇ। ਮੈਂ ਤੇ ਰਾਤ ਦਾ ਡਰ ਗਿਆ ਕਿ ਮੇਰੇ ਬੱਚੇ ਰਾਤ ਨੂੰ ਬਾਹਰ ਫੁੱਟਪਾਥ ਤੇ ਸੁੱਤੇ ਸਨ ਹਸਪੀਟਲ ਦੇ ਬਾਹਰ, ਤੇ ਮੈਂ ਸਵੇਰ ਸ਼ੁਕਰ ਕੀਤਾ ਕਿ ਮੇਰੇ ਬੱਚੇ ਦੂਸਰਿਆਂ ਨੂੰ ਨਹੀਂ ਕੋਈ ਚੁੱਕ ਕੇ ਲੈ ਗਿਆ। ਜੇ ਹਸਪੀਟਲ ਦੇ ਅੰਦਰੋਂ ਕੋਈ ਚੁੱਕ ਕੇ ਖੜ ਸਕਦਾ ਤੇ ਬਾਹਰ ਹਸਪੀਟਲ ਦੇ ਫੁੱਟਪਾਥ ਤੇ ਬਾਹਰ ਵੀ ਤੇ ਕੋਈ ਚੁੱਕ ਕੇ ਲੈ ਕੇ ਜਾ ਸਕਦਾ ਸੁੱਤੇ ਆ। ਮੇਰੇ ਪਹਿਲੇ 2 ਬੱਚੇ ਨੇ, ਮੇਰੀ ਆਸ਼ਾ ਦੋਲਾ ਰੋਡ ਮਹੱਲਾ ਤਾਰਕਾਬਾਦ, ਮੈਂ ਡਰਾਈਵਿੰਗ ਕਰਨਾ, ਮਜ਼ਦੂਰੀ ਕਰਨੀ, ਮਹੱਲਾ ਖੁਰਸ਼ੀਦ ਕਲੋਨੀ।